भारत पाकिस्तान के उजाड़ियां दे वेले जिहड़ी वंड तां होई पर उस दे विच जिहड़े परिवार वंडे गए सी उहनां दे दर्द अजे भी अल्ले ने। अजे असीं सिक्का खान ते मुहम्मद सदीक नूं मिला के उहनां दीआं खुशियां सांझियां करदे फिरदे आ कि दौरान एक बजुर्ग होर मिले आ। इहनां दी इक वक्खरी तरह की दास्तान है, वक्खरी तरह की दास्तान किवें आ इहनां नाल गल करदे आ ते गल्लां दे विचों तुहानूं पता लगेगा कि इहनां दी जिहड़ी स्टोरी आ ਉਹ ਕਿਵੇਂ ਦੀ ਸਟੋਰੀ ਹੈ। ਤੁਸੀਂ ਹੁਣ ਜਿਹੜਾ ਇਲਾਕਾ ਬਜ਼ੁਰਗੋ ਨਾਮ ਪਹਿਲਾਂ ਦੱਸੋ ਤੇ ਕਿਹੜਾ ਇਲਾਕਾ ਕਿਹੜਾ ਤੁਹਾਡਾ? ਇਹ ਜਿਹੜੇ ਮੈਨੂੰ ਚੱਕ ਕੇ ਲਿਆ ਜੀ। ਨਹੀਂ ਜੀ, ਪਹਿਲਾਂ ਤੁਸੀਂ ਆਪਦਾ ਨਾਂ ਦੱਸੋ ਤੇ ਆਏ ਕਿੱਥੋਂ ਹੋਣਾ ਇਸ ਟਾਈਮ? ਮੇਰਾ ਨਾਂ ਨਾਜਰ ਸਿੰਘ ਆ ਜੀ, ਮੈਂ ਬਿਜਲੀ ਬੋਰਡ ਤੋਂ ਸਰਵਿਸ ਕਰਦਾ ਸੀਗਾ। ਪਿੱਛਾ ਗਿੱਲ ਕਲਾਂ ਸੀ, ਗਿੱਲ ਕਲਾਂ ਤੋਂ ਬਠਿੰਡੇ ਚਲੇ ਗਏ। ਬਠਿੰਡੇ ਮੈਂ ਬਿਜਲੀ ਬੋਰਡ 'ਚ ਨੌਕਰੀ ਕਰਦਾ ਸੀਗਾ, ਉੱਧਰੋਂ ਮੈਂ ਰਿਟਾਇਰ ਹੋ ਗਿਆ। ਹੁਣ ਮੈਨੂੰ ਆਪਦਾ ਜਿਹੜਾ ਮਾਂ ਬਾਪ ਆ ਪਿਛਲਾ ਉਹ ਯਾਦ ਆਉਂਦਾ ਗਾ। ਮੈਂ ਕਹਿੰਦਾ ਵੀ ਮੇਰੇ ਲਈ ਵੇਖ ਕੇ ਗੱਲ ਕਰੋ। ਹਾਂਜੀ ਹਾਂ, ਮੇਰਾ ਇਹ ਜੀ ਕਰਦਾ ਵੀ ਕਿਵੇਂ ਨਾ ਕਿਵੇਂ ਕਰਕੇ ਮੇਰਾ ਜਿਹੜਾ ਪਿਛੋਕੜ ਪਤਾ ਲੱਗ ਜਾਏ, ਮੇਰਾ ਭਰਾ ਕੌਣ ਹੈ, ਮਾਂ ਕੌਣ ਸੀ, ਪਿਓ ਕੌਣ ਸੀ, ਮੇਰੀ ਜਾਤੀ ਕੀ ਹੈ। ਇਹ ਗੱਲ ਤੁਹਾਡੀ ਮੰਨ ਲਈ, ਪਿਛੋਕੜ ਪਤਾ ਲੱਗ ਜਾਏ। ਪਿਛੋਕੜ ਕਿਉਂ ਤੁਸੀਂ ਦੇਖਣਾ ਚਾਹੁੰਦੇ ਹੋ? ਕੀ ਐਸੀ ਗੱਲ ਹੋਈ ਕਿ ਤੁਹਾਡਾ ਪਿਛੋਕੜ ਤੁਹਾਨੂੰ ਭੁੱਲ ਗਿਆ, ਜਾਂ ਕਿਹੜੀ ਐਸੀ ਘਟਨਾ ਹੋਈ ਕਿ ਤੁਹਾਡੇ ਜਿਹੜੇ ਆਪਦੇ ਉਹ ਕਿੱਥੇ ਨੇ? ਇਹ ਮੈਨੂੰ ਇਸ ਕਰਕੇ ਯਾਦ ਆ ਰਿਹਾ ਜਿਹੜੇ ਜਿਨ੍ਹਾਂ ਨੇ ਮੈਂ ਪਲਿਆ ਉਹਨਾਂ ਦੇ ਜਿਹੜੇ ਪਰਿਵਾਰ ਹੈ ਜਾਂ ਹੋਰ ਆ, ਉਹਨਾਂ ਨੇ ਹੋਰਾਂ ਲੋਕਾਂ ਨੂੰ ਵੀ ਇਹ ਦੱਸਿਆ ਇਹਦੀ ਕੋਈ ਜਾਤ ਗੋਦਾ ਹੀ ਨਹੀਂ ਪਤਾ ਕੌਣ ਹੈ ਕੌਣ ਨਾ। ਇਹ ਤਾਂ ਸਾਡੇ ਘਰੇ ਘਰਦਿਆਂ ਨੇ ਉੱਧਰ ਪਾਕਿਸਤਾਨ 'ਚੋਂ ਲਿਆਂਦਾ ਹੋਇਆ। ਪਾਕਿਸਤਾਨ 'ਚੋਂ ਕਿਵੇਂ ਲੈ ਕੇ ਆਉਂਦਾ? ਤੁਹਾਡਾ ਜਨਮ ਕਦੋਂ ਦਾ? ਇਹ ਮੈਂ ਸਮਝਦਾ ਵੀ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਬਣਿਆ 1947 'ਚ, ਉੱਧਰੋਂ ਡੂੰਘੇ ਮੂੰਘੇ ਲਾਇਰਪੁਰ ਦੇ ਏਰੀਆ 'ਚੋਂ ਆਏ ਸੀ। ਸਾਦਕ ਨਦੀ ਦੇ ਪੁੱਟ ਤੋਂ ਮੈਨੂੰ ਚੱਕ ਕੇ ਲਿਆ, ਉਦੋਂ ਮੈਂ 3-4 ਦਿਨਾਂ ਦਾ ਸੀਗਾ। ਅੱਛਾ, ਇਹ ਕੌਣ ਲੋਕ ਸੀ, ਕਿਹੜੀ ਜਾਤ ਬਰਾਦਰੀ ਰਹੀ ਸੀ ਅਤੇ ਕਿੰਨੇ ਕੌਣ ਬੰਦੇ ਸੀ ਉਹ ਜਿਹੜੇ ਤੁਹਾਨੂੰ ਲੈ ਕੇ ਆਏ ਸੀ? ਇਹ ਮਾਝੀ ਸਿੱਖ ਨਾਲ ਜਾਤੀ ਨਾਲ ਸੰਬੰਧ ਰੱਖਦੇ ਸੀ। ਜਿਹੜਾ ਮੇਰਾ ਬਾਪ ਬਣਿਆ ਸੀ ਉਹਦੇ ਨਾਲ ਹਜੂਰਾ ਸਿੰਘ ਸੀ, ਜਿਹੜੀ ਮਾਤਾ ਸੀ ਉਹਦੇ ਨਾਲ ਸੰਤ ਕੌਰ ਸੀ। ਇਹ ਦੋਵੇਂ ਹੈਗਾ ਇਹਨਾਂ 'ਚ ਕੋਈ? ਇਹ ਦੋਨੇ ਸੁਰਗਵਾਸ ਹੋ ਚੁੱਕੇ ਆ। ਤੁਹਾਨੂੰ ਕਿਉਂ ਪਤਾ ਲੱਗਾ ਕਿ ਤੁਸੀਂ ਇਹਨਾਂ ਦੀ ਔਲਾਦ ਨਹੀਂ ਹੋ? ਉਹ ਜਦੋਂ ਮੇਰਾ ਫਰਕ ਰੱਖਦੇ ਸੀਗੇ, ਹਰੇਕ ਕੋਲ ਹੁਣ ਵੀ ਇਹ ਗੱਲ ਕਹਿੰਦੇ ਵੀ ਇਹ ਸਾਡਾ ਹੈ ਨਹੀਂ ਗਾ। ਮੇਰੇ ਮੂੰਹ 'ਤੇ ਕਿੰਨੇ ਵਾਰੀ ਮਾਤਾ ਨੇ ਕਹਿਤਾ ਸੀਗਾ ਵੀ ਤੇਰਾ ਸਾਡਾ ਲਿੰਕ ਕੋਈ ਨਹੀਂ ਗਾ। ਫਿਰ ਉਹਨਾਂ ਨੇ ਵੀ ਕਿਹਾ ਚੱਕ ਕੇ ਲਿਆਂਦਾ? ਉਹ ਜਿਹੜੀ ਵੱਡੀ ਦਾਦੀ ਸੀਗੀ ਉਹ ਐਨ ਇਸੇ ਗੱਲ ਕਿਸੇ ਗੱਲ ਤੋਂ ਰੋਣ ਲੱਗ ਗਈ। ਮਹਾਂ ਮਾਂ ਤੂੰ ਕਿਉਂ ਰੋਨੀ ਹੈ? ਉਹ ਕਹਿੰਦੀ ਮੈਂ ਤੂੰ ਹੀ ਰੋਨੀ। ਮਹਾਂ ਮਾਂ ਮੈਨੂੰ 25 ਪੈਸੇ ਦਾ ਪਤਾ ਲੱਗ ਗਿਆ ਪਰ ਬਾਕੀ ਤਾਂ ਤੂੰ ਦੱਸ ਦੇ, ਤੂੰ ਰੋਂਦੀ ਕਿਉਂ ਹੈ, ਤੂੰ ਇਹ ਗੱਲ ਕਿਉਂ ਕਹੀ, ਚੱਕ ਕੇ ਕਿਉਂ ਲਈ? ਕਹਿੰਦੀ ਮੈਂ ਤਾਂ ਊਂ ਹੀ ਕਹਿਤਾ। ਮਹਾਂ ਊਂ ਕਿਉਂ ਮੈਂ ਕਹਿਤਾ ਵਾਂ? ਕਹਿੰਦੀ ਨਹੀਂ ਊਂ ਹੀ ਕਹਿਤਾ। ਮਹਾਂ ਮਾਂ ਤੂੰ ਅੱਜ ਦੱਸ ਦੇ ਜਾਂ ਕੱਲ੍ਹ ਦੱਸੇ, ਮੈਨੂੰ ਪਤਾ ਲੱਗ ਗਿਆ। ਉਹ ਕਹਿੰਦੀ ਫਿਰ ਭਾਈ ਗੱਲ ਤਾਂ ਹੀ ਸੀਗੀ, ਉੱਧਰੋਂ ਪਾਕਿਸਤਾਨ ਦੇ ਵਿੱਚੋਂ ਆਉਂਦੇ ਸੀਗੇ ਅਤੇ ਤੈਨੂੰ ਨਾ ਅਸੀਂ ਟੋਕਰੇ 'ਚ ਪਾਇਆ ਸੀਗਾ ਅਤੇ ਤੂੰ ਨਦੀ 'ਚ ਡਿੱਗ ਪਿਆ, ਤੇਰੀ ਮੈਂ ਲੱਤ ਬਾਂਹ ਫੜ ਕੇ ਅਤੇ ਮੈਂ ਬਾਹਰ ਕੱਢ ਲਿਆ। ਮੈਂ ਕਿਹਾ ਮਾਂ ਇਹ ਤਾਂ ਨਦੀ ਤਾਂ ਬਹੁਤ ਵੱਡੀ ਗੱਲ ਹੈਗੀ, ਤੇਰੀ ਜੇ ਅਸਲ ਗੱਲ ਉਹ ਦੱਸਦੇ ਜੇ ਕੋਈ ਖਾਦ 'ਚ ਚੀਜ਼ ਡਿੱਗ ਪਿਆ ਆਪਾਂ ਉਹ ਵੀ ਨਹੀਂ ਕੱਢ ਸਕਦੇ, ਤੂੰ ਮੈਨੂੰ ਕਿਉਂ ਕੱਢ ਲਿਆ? ਉਹ ਕਹਿੰਦੀ ਭਾਈ ਗੱਲ ਤਾਂ ਇਵੇਂ ਹੀ ਹੈ। ਅੱਛਾ, ਨਹੀਂ ਗੱਲ ਸਟੋਰੀ ਤੁਹਾਡੀ ਕੀ ਸੀ, ਥੋੜ੍ਹੀ ਡਿਟੇਲ 'ਚ ਦੱਸੋ। ਅਜੇ ਮੈਂ ਉਲਝਣ 'ਚ ਆਪ ਵੀ ਤੁਹਾਨੂੰ ਕਿੱਥੋਂ ਉਹਨਾਂ ਨੇ ਚੱਕਿਆ, ਕਾਫਲਾ ਕਿੱਧਰ ਨੂੰ ਜਾ ਰਿਹਾ ਸੀ, ਉਹ ਕਿੱਧਰ ਨੂੰ ਆ ਰਹੇ ਸੀ ਜਿਹਨਾਂ ਚੱਕਿਆ ਤੁਹਾਨੂੰ? ਉਹ ਪੰਜਾਬ ਨੂੰ ਆ ਰਹੇ ਸੀ, ਚੜ੍ਹਦੇ ਪੰਜਾਬ ਨੂੰ। ਹਾਂਜੀ, ਕਾਫਲਾ ਸੀ ਉਹਨਾਂ ਦਾ, ਉਹਨੇ ਸਾਦਕ ਨਦੀ ਦੇ ਪੁੱਲ ਤੋਂ ਚੱਕਿਆ ਮੈਨੂੰ, ਡੂੰਘੇ ਬੂੰਗਾ ਲੈਰਪੁਰ ਨੇੜੇ ਪੈਂਦਾ ਹੈ। ਅੱਛਾ, ਉਸ ਤੋਂ ਬਾਅਦ ਤੁਸੀਂ ਕਦੀ ਕੋਈ ਰਾਬਤਾ ਕੀਤਾ ਕਿ ਤੁਹਾਡਾ ਪਿਛੋਕੜ ਲੱਭਿਆ ਜਾਵੇ? ਮੈਂ ਬੜਾ ਜਿਹੜੇ ਉੱਧਰ ਪਾਕਿਸਤਾਨ 'ਚ ਆਉਂਦੇ ਆ ਜਾਂ ਜਾਂਦੇ ਆ ਉਹਨਾਂ ਨੇ ਮੈਨੂੰ ਕਈ ਵਾਰੀ ਗੱਲ ਚੱਲਦੀ, ਮੈਂ ਉਹਨਾਂ ਨੂੰ ਬੜਾ ਕਿਹਾ ਪਰ ਮੈਨੂੰ ਕੋਈ ਰਾਸਤਾ ਨਹੀਂ ਮਿਲਿਆ ਗਾ। ਇਹ ਵੀ ਮੈਂ ਨੈੱਟ 'ਤੇ ਪੜ੍ਹ ਲਿਆ, ਮੈਨੂੰ ਤਾਂ ਪਤਾ ਲੱਗਿਆ। ਮੈਂ ਪੂਲਾ ਇੱਥੇ ਫੂਲਾ ਸਾਹਿਬ ਫੂਲੇ ਆਇਆ ਡਾਕਟਰ ਸਾਹਿਬ ਕੋਲ, ਡਾਕਟਰ ਸਾਹਿਬ ਨੇ ਮੈਨੂੰ ਤੁਹਾਡੇ ਬਾਰੇ ਦੱਸਿਆ, ਆਪਦੇ ਬਾਰੇ ਦੱਸਿਆ ਵੀ ਐਂ ਕਰਕੇ ਭਾਈ ਕੋਸ਼ਟ ਕਰਾਂਗੇ ਜੇ ਤੇਰਾ ਕੋਈ ਪਿਛੋਕੜ ਮਿਲ ਜਾਵੇ। ਤੁਸੀਂ ਇਹ ਉਮਰ ਆਪਦੀ ਦੱਸਦੇ ਹੋ, 4 ਦਿਨ ਕਿ 4 ਸਾਲ? 4 ਦਿਨ ਜੀ, 4 ਦਿਨਾਂ ਦਾ ਸੀ ਜਦੋਂ ਮੈਂ ਚੱਕ ਕਰ, 4-5 ਦਿਨਾਂ ਦਾ। 4-5 ਦਿਨਾਂ ਦਾ ਸੀ ਜਦੋਂ ਤੁਹਾਨੂੰ ਉਹਨਾਂ ਨੇ ਕਾਫਲੇ ਦੇ ਵਿੱਚੋਂ ਖੋਹ ਲਿਆ, ਜਾਂ ਕਿਤੇ ਹੋ ਸਕਦੇ ਹੋ ਤੁਸੀਂ ਕਿਤੇ ਪਏ ਹੋ, ਤੁਹਾਨੂੰ ਚੱਕ ਲਿਆ ਉਹਨਾਂ ਨੇ? ਕੱਪੜੇ 'ਚ ਪਲੇਟ ਕੇ ਉੱਤੇ ਟੋਕਰਾ ਮੁੱਦਾ ਮਾਰਿਆ ਸੀ ਉਹਨਾਂ ਦੇ ਦੱਸਣ ਮੁਤਾਬਕ। ਹੋ ਸਕਦਾ ਫਿਰ ਤੁਹਾਨੂੰ ਤੁਹਾਡਾ ਪਰਿਵਾਰ ਛੱਡ ਗਿਆ ਹੋਵੇ? ਹਾਂਜੀ, ਉਹ ਮਾਲਕ ਨੂੰ ਪਤਾ ਹੈਗਾ ਵੀ ਮੈਨੂੰ ਛੱਡ ਗਿਆ, ਜਾਂ ਉਹਨਾਂ ਨੂੰ ਮਾਰਤਾ, ਜਾਂ ਹਿੰਦੂ ਸਿੱਖਾਂ ਨੇ ਮਾਰਤਾ, ਜਾਂ ਮੁਸਲਮਾਨਾਂ ਨੇ ਮਾਰਤਾ। ਜਿਹੜਾ ਤੁਹਾਡੀ ਦਾਦੀ ਦੱਸਦੀ ਸੀ ਕਿ ਤੁਹਾਡੀ ਜਿਹੜੀ ਮਾਂ ਬਣੀ ਸੀ ਚੱਕ ਕੇ, ਦਾਦੀ ਬਣੀ ਸੀ, ਉਹ ਤਾਂ ਉਸ ਨੇ ਦੱਸਿਆ ਮੈਨੂੰ, ਜਿਹੜੇ ਚੱਕ ਕੇ ਲੈ ਕੇ ਆਏ ਸੀ ਉਹਨਾਂ ਦੀ ਜਿਹੜੀ ਦਾਦੀ ਸੀ ਤੁਹਾਡੀ ਉਸ ਪਰਿਵਾਰ 'ਚ। ਹਾਂ, ਅਤੇ ਇਹ ਕਿਹੜਾ ਏਰੀਆ ਦੁਬਾਰਾ ਦੱਸਿਆ, ਉੱਥੋਂ ਤੁਰੇ ਕਿੱਥੋਂ ਸੀ ਪਾਕਿਸਤਾਨ? ਡੂੰਘਾ ਬੂੰਘਾ ਲਾਇਲਪੁਰ। ਲਾਇਲਪੁਰ ਦਾ ਡੂੰਘਾ ਬੂੰਘਾ, ਜੇ ਉਸ ਏਰੀਆ ਦੇ ਵਿੱਚ ਕੋਈ ਵੀ ਹੋਵੇ ਇਸ ਪਰਿਵਾਰ ਇਹੋ ਜਿਹਾ ਜਿਨ੍ਹਾਂ ਨੂੰ ਪਤਾ ਹੋਵੇ ਕਿ ਜਦੋਂ 47 ਦੀ ਵੰਡ ਹੋਈ ਤਾਂ ਟੋਕਰੇ ਦੇ ਥੱਲੇ ਜਿਹੜਾ ਕੋਈ ਬੱਚਾ ਜਿਨ੍ਹਾਂ ਨੇ ਛੱਡਿਆ ਸੀ, ਉਹ ਇਹ ਬਜ਼ੁਰਗ ਨੇ, ਉਹ ਬੱਚਾ ਜਿਹੜਾ ਪਰਿਵਾਰ ਚੱਕ ਕੇ ਲੈ ਕੇ ਆਏ ਸੀ ਉਹ ਬਠਿੰਡੇ ਆ ਕੇ ਰਹਿਣ ਲੱਗੇ ਸੀ। ਤੁਸੀਂ ਸਰਵਿਸ ਕੀਤੀ ਫਿਰ ਕਿਸੇ ਮਹਿਕਮੇ 'ਚ? ਹਾਂ ਜੀ, ਬਿਜਲੀ ਬੋਰਡ 'ਚ। ਹੁਣ ਰਿਟਾਇਰ ਹੋ ਤੁਸੀਂ? ਹੁਣ ਮੈਂ ਰਿਟਾਇਰ ਹਾਂ ਜੀ। ਅਤੇ ਹੁਣ ਤੁਹਾਡੇ ਬੱਚੇ, ਤੁਹਾਡਾ ਵਿਆਹ ਫਿਰ ਕਿਹੜੇ ਪਰਿਵਾਰ 'ਚ ਹੋਇਆ? ਮੇਰਾ ਮਾਝੀ ਸਿੱਖਾਂ ਦੀ ਕੁੜੀ ਨਾਲ ਸ਼ਾਦੀ ਹੋਈ ਹੈ।
वो भी मन च यही गल रखती भी तेरा धर्म हो रहा साडा धर्म हो रहा है नहीं मैं किस पिछे जाने की लोड़ नहीं सी जो मेरे सोजा लगदियां ना फिर मेरे में पिछला माँ बाप याद आता गा ना तो हाँ भी देखो ना तो मैं जातों जात होया पर यह की पता मेरा माँ बाप नालियां साफ करता सी एक ही कोई चंगा जिमीदार सी एक ही कोई पता कोई शाहूकार सी यानी इस बजुर्ग का यह कहना है कि चार दिन के बच्चे चक के तो लै आए पर जो उन्हें सामभना सामभन के नाल बाद ताने मिने शुरू हो गए तेनों तो असं चक के लैके आता तू सा बच्चा नहीं है क्योंकि गरीब परिवार से उन्होंने ये जी सा जायदाद माड़ी मोटी हैगी भी यह लै जूगा तो वो दौरान इन्हों जो चोभा लगदियां सीगियां तो इन्हों लगा कि मैं इन्हों का बच्चा नहीं हाँ जो उन्होंने आप ही कहता कि पाकिस्तान में लैके आए हैं हूँ पाकिस्तान के आपका माँ प्यो लभद हो भैन भरा लभद हो मेरा माँ बाप तो मई 70 साल तो टप गया नहीं होना पर मैं कहना मेरा कोई भरा कोई चाचा कोई ताया मामा भूआ मिल जाए मैं ए तो पता लग जाए मेरी आह खानदानी है मैं ना उन्होंने तो कुछ पाल दें ना मैं दे सकता मैं तो यह कहना बस मैं वो मिल जाए वो आपके धर्म च रहन मैं आपके धर्म च रहा ये तुहानू हुण इन्नी छोटी जिहड़ी दिनां दे तुसीं हैगे सी किस तरीके नाल तुसीं आस रख सकते हो भी वह तुहानू लभ जाणगे जे आप आस रखांगे तो सारा कुछ ही मिलजू जे आप ढेरी ढा देंगे फिर तो पल्ले कुछ नहीं जी मैं आस है भी 95% जिस तरह डॉक्टर साहब है जां तुसीं है जां अपने भाई साहब करदे है मैनू आस मेद हुई 95% मैनू मेरा जिहड़ा इलाक बीला मिलूगा तुहानू चक्किया उहनां रस्ते चों साध कनी दे पुल तो फिर वह जरा जरा डूंगे बूंगे ना लें तो पिंड से उतों तो तुसी आ रहे सी हुण ये नहीं पता जिहड़ा तुहाडा परिवार जो तुसी तुहानू छड़ गए जो चक्या वह कित्थे जाके बैठा है वह तो हुण उन परमात्मा नूं पता जां उन्हां नूं पता है जी बड़ी एक वक्री किस्म की स्टोरी है जिवें सिक्का खान ते मुहम्मद सदीक की स्टोरी का एक अलग विशा सीगा दोवें ज्यौंदे सी दोवें लभ गए दो का मुलाकात करा दिता सोशल मीडिया बड़ी वड्डी पावर है यह पावर पहला दी इलैक्ट्रॉनिक मीडिया तो अखबारों को नहीं सी सो ये जी स्टोरी इन्होंने बजुर्गों की बजुर्ग ना दोबारा दस दौ तो की कहना चाहते हो पाकिस्तान के जोड़े बैठे है उन्होंने जो कोई लभ जाए तो मैं ये कहना है भी मेरा कोई चाचा ताया मामा भूआ चाचे ताए के लड़के या भूआ दे मासी के लड़के है उन्होंने आम गलों तो करते होंगे भी फलाना आया साडा उधर रह गया इधर रह गया उस तरह भी वह मैनू मैं मैनू भी लभ सकते हैं तो मैं इन्हू ली जाना गा पर जिमें सिक्का खान तो मुहम्मद सदीक लभे आ इन्हों एक दूजे के नावों का पता से इन्हों की एक भैन भी सी उहदा नाम ही पता है तुम चार दिन के सीगे तुहाडा तो नाम ही शायद ना रखा हो मैं तो यही आस उम्मीद लगे चलिया भी कई बार अपने घर कोई गलबात हो जाती आप गल करते हैं भी हाँ अपने रिश्तेदार लड़का हो या लड़की हुई है ज किस तरह योजा योजा उस दे मुताबक ही फिर मैं चलिया भी रिश्तेदार गल् होंगे ही भी ए लड़का इन्ना दिन का यह जहाँ लड़का यह जहाँ तो भी हो सकता भी वह अल्लाह खुदा कृपा करे थोड़ी कृपा हो जाए मैं आस विच जे इतने तुहाडे जिहड़े भैन भरा ने जिहड़े इस परिवार जो चुक के लैके आए थे उत्थे भैन भरा बने जिहड़े आ ओ तुहाडे नाल किवें दा वरतो व्यार वो मेरे नाल कोई सही बर्ताव नहीं जी उन्हां नाल मेरा कितने तुहाडा सुभाअ तां नहीं वखरा कि तुहाडे तुहाडे नाल जिहड़ा वैसे दूर सारे तो तुहाडे तों भजदे आ ओह जिहड़ी माँ बनी सी सारे फर्क उन्हें फर्क इस तरह पाते भी उन्हां कोल 52 भेडां सीगियां 6 बकरियां सी 3 मझां सी 6 विसवे जगह सी 3 उन्हां दे लड़के सी चौथा मैं सी भी इहनूं इन्हां जायदाद चों देणा पऊगा इन्नी गल पिछों हो फर्क पै गया फिर उन्हें सच्चाई दस दित्ती जो तुहानूं हाँ हाँ ज एक उन्हां दा मुंडा लड़का सी जिहड़ा इधर आके होया फौज भर्ती हो गया उन्हें आपकी जी बड़ी कुड़ी सी वह भी ब्याह ली एक उदू छोटी सी वह भी ब्याह ली जिहड़ा फौजी से मुंडा उन्हें ब्याह ला मैंने छड़ता फिर जो फौजी छुट्टी आया कहना आप ब्याह कर दिए कहें ये ब्याह नूं की है फिर उन्हें आपका जवाई तो कुड़ी मंगा ली वह कहें ब्याह के पैसे तू लाने कहना कहना हाँ तो कहना तू ये जो मैनू दे दे पैसे मेरा 1.25 किला होर बनता है वो फौजी कहना भी तेनों आपकी जमीन पै रही है सानू आपकी इज्जत पै रही है यदा एक बार ब्याह करना कराना जनू आप घर के हिस्सा बनता दे देना है वो जी माँ बनी सी वो कहती इनू कहते हिस्सा ये तो घर कुछ भी नहीं जे इनू इन्नी चीज़ भी देती मैं गड्डी से लिया के मर जू मैं उदो सच्चाई दसो ना फिर उन्हें गल कहें चक के लिया जी लड़ते होंगे गल कह ना मैंने दादी ने दसा नहीं दादी हूँ अच्छा माँ ने नहीं दसिया दादी ने दसा ये डायरी भी तुम रखी बैठे हो डायरी का की मतलब ये फिर मेरी याददाश्त रहूगी जी जो जो मेरे बीती जाएगी मैं लिखी जाना गा की लिखा जो थोड़ा बहुत जो बिचों टूट के दस दौ तो ये लिखे जी सं पढ़ के नहीं दसना पढ़ के दसा तो बड़ा टाइम लग जूगा वैसे दसो इन लिखा की है
ਇਹ 'ਚ ਮੈਂ ਇਹ ਲਿਖਿਆ ਜੀ ਵੀ ਜੇ ਹਿੰਦੁਸਤਾਨ ਅਤੇ ਪਾਕਿਸਤਾਨ ਵੱਖੋ ਵੱਖ ਹੋਇਆ ਜਿਹੜੇ ਸਿੱਖ ਲੋਕ ਸੀ ਹਿੰਦੂ ਲੋਕ ਉਹ ਚੜ੍ਹਦੇ ਪੰਜਾਬ ਨੂੰ ਆ ਰਹੇ ਸੀ ਅਤੇ ਚੜ੍ਹਦੇ ਪੰਜਾਬ ਵਾਲੇ ਛੁਪਦੇ ਪੰਜਾਬ ਨੂੰ ਜਾ ਰਹੇ ਸੀ ਉੱਧਰੋਂ ਇੱਕ ਮਾਝੀ ਸਿੱਖ ਹਜੂਰਾ ਸਿੰਘ ਅਤੇ ਮਾਤਾ ਸੰਤ ਕੌਰ ਆ ਰਹੇ ਸੀ ਉਹਨਾਂ ਨੇ ਮੈਨੂੰ ਸਾਧਕਨੀ ਤੋਂ ਚੱਕਿਆ ਮੈਂ 4 ਦਿਨਾਂ ਦਾ ਸੀ ਉਦੋਂ ਕੱਪੜੇ 'ਚ ਲਪੇਟਿਆ ਸੀਗਾ ਉਹ ਚੱਕ ਕੇ ਮੈਨੂੰ ਇੱਧਰ ਲਏ ਇੱਧਰ ਲੈ ਕੇ ਜਦੋਂ ਉਹਨਾਂ ਦੀ ਔਲਾਦ ਹੋ ਗਈ ਫਿਰ ਮੇਰਾ ਫਰਕ ਲੱਗਣ ਲੱਗ ਗਿਆ ਅਤੇ ਵਾਧਾ ਵਾਧਾ ਹੌਲੀ ਹੌਲੀ ਮੈਨੂੰ ਪਤਾ ਲੱਗੀ ਗਿਆ ਜਦੋਂ ਮੇਰਾ ਫਰਕ ਰੱਖਦੇ ਰਹੇ ਉਹ ਇਸ ਤਰ੍ਹਾਂ ਸੀ ਮੈਨੂੰ ਕੋਈ ਰਿਸ਼ਤਾ ਹੁੰਦਾ ਸੀਗਾ ਉਹ ਕਹਿੰਦਾ ਵੀ ਮੇਰੇ ਇਕੱਲੀ ਕੁੜੀ ਹੈ ਅਤੇ 8 ਕਿੱਲੇ ਮੇਰੇ ਕੋਲ ਜ਼ਮੀਨ ਹੈ ਅਤੇ ਜਿਹੜਾ ਵਿਚੋਲਾ ਸੀ ਉਹ ਜਿਹੜਾ ਮੇਰਾ ਬਾਪ ਬਣਿਆ ਸੀ ਉਹਦੇ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ ਘਰੇ ਗੱਲ ਕਰਦਾ ਕੁਦਰਤੀ ਮੈਂ ਬੈਠਾ ਸੀ ਉਦੋਂ ਮੈਂ 9-10 ਸਾਲ ਦਾ ਸੀ ਉਹ ਕਹਿੰਦਾ ਵੀ ਐਂ ਕਰਕੇ ਸਰਦਾਰ ਬਣ ਜੂ ਇਹਦੇ ਕੋਲ 8 ਕਿੱਲੇ ਜ਼ਮੀਨ ਆ ਜਾਣਗੇ ਕੁੜੀ ਕਹਿੰਦੀ ਜਿਹੜੇ ਇਹਦੇ 'ਤੇ ਵਿਆਹ 'ਤੇ ਪੈਸੇ ਲਾਉਣੇ ਆ ਉਹ ਆਪਾਂ ਆਪਦੀ ਕੁੜੀ ਦੇ ਵਿਆਹ 'ਤੇ ਕਹਿੰਦਾ ਲੱਗ ਗਏ ਉੱਥੇ ਮੈਂ ਸੋਚਿਆ ਵੀ ਜਿਹੜੀ ਇਹ ਗੱਲ ਕੀ ਹੈ ਜਿਹੜੇ ਮੇਰੇ ਨਾਲ ਫਰਕ ਰੱਖਦੇ ਆ ਇਹਦੇ ਵਿੱਚ ਕੋਈ ਗੱਲ ਹੈ ਫਿਰ ਹੌਲੀ ਹੌਲੀ ਗੱਲ ਵੱਧਦੀ 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 ਫਰਕ ਪੈਂਦਾ ਪਈ ਗਿਆ ਮੇਰੇ ਇਸ ਤਰ੍ਹਾਂ ਮੇਰੇ ਨਾਲ ਇਹ ਫਰਕ ਹੋਇਆ ਫਿਰ ਤੁਸੀਂ ਇਹ ਡੈਰੀ ਨੋਟ ਕਰਨ ਲੱਗ ਪਏ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਮੈਨੂੰ ਮੈਂ ਕਿਤੋਂ ਹੋਰ ਦਾ ਬੱਚਾ ਵਾਂ ਹਾਂਜੀ ਨਹੀਂ ਤੁਹਾਨੂੰ ਇਹ ਕਿਉਂ ਪਤਾ ਕਿ ਪਾਕਿਸਤਾਨ ਦਾ ਆਈਆਂ ਵਾਂ ਪਾਕਿਸਤਾਨ ਦਾ ਜਾਂ ਪਲਾ ਜਾਂ ਮੇਰੇ ਵੱਡੇ ਉੱਧਰ ਨੇ ਉਹ ਗੱਲਾਂ ਕਰਦੇ ਹੁੰਦੇ ਸੀ ਜਦੋਂ ਉੱਧਰੋਂ ਪਾਕਿਸਤਾਨ ਦੇ ਵਿੱਚੋਂ ਆਏ ਹੈਗੇ ਵੀ ਉਦੋਂ ਸਾਡਾ ਇੱਕ ਬੱਚਾ ਸੀਗਾ 20 ਕੁ ਦਿਨਾਂ ਦਾ ਉਹ ਸੁਰਗਵਾਸ ਹੋ ਗਿਆ ਅਤੇ ਇਹ 4 ਕੁ ਦਿਨਾਂ ਦਾ ਸੀਗਾ ਜਦੋਂ ਅਸੀਂ ਮੇਰੇ ਤੋਂ ਸਾਧਕ ਨਦੀ ਤੋਂ ਆ ਰਹੇ ਸੀ ਚੱਕ ਕੇ ਲਏ ਫਿਰ ਮੇਰੇ ਸਾਰ ਜਦੋਂ ਮੇਰਾ ਹਰ ਇੱਕ ਗੱਲ 'ਤੇ ਫਰਕ ਰੱਖਣ ਲੱਗਿਆ ਫਿਰ ਮੈਨੂੰ ਪਤਾ ਲੱਗਣ ਹੀ ਲੱਗਣਾ ਸੀ ਵੀ ਇਹ ਹੋਰ ਆ ਮੈਂ ਹੋਰ ਹਾਂ ਫਿਰ ਉਹ ਜਿਹੜੀ ਮਾਂ ਬਣੀ ਸੀ ਉਹਨੇ ਰਿਸ਼ਤੇਦਾਰਾਂ ਨੂੰ ਵੀ ਆਪਦੇ ਬੱਚੇ ਬੱਚੀਆਂ ਨੂੰ ਵੀ ਸਾਰਿਆਂ ਨੂੰ ਦੱਸਤਾ ਵੀ ਇਹਦੇ ਨਾਲ ਆਪਣਾ ਕੋਈ ਰਿਸ਼ਤਾ ਨਹੀਂ ਗਿਆ ਤਾਂ ਆਪਣੇ ਘਰ ਹੁਣ ਪੜਿਆ ਗਿਆ ਫਿਰ ਜਦੋਂ ਮੈਂ ਬਿਜਲੀ ਬੋਰਡ 'ਚ ਲੱਗ ਗਿਆ ਉਹਨਾਂ ਦਾ ਇੱਕ ਮੁੰਡਾ ਮੈਂ ਬਿਜਲੀ ਬੋਰਡ 'ਚ ਲਵਾਇਆ ਉਹਨੂੰ ਜਿਹੜੇ ਦੂਸਰੇ ਛੋਟੇ ਮੁਲਾਜ਼ਮ ਸੀ ਉਹਦੇ ਨਾਲ ਦੇ ਉਹਨੂੰ ਪੁੱਛਿਆ ਕਰਨੇ ਇਹ ਜਿਹੜਾ ਨਾਜਰ ਸਿੰਘ ਲਾਇਆ ਮੈਂ ਨਾ ਤੇਰਾ ਕੀ ਲੱਗਦਾ ਉਹ ਕਹਿ ਕਰੇ ਮੇਰਾ ਕੀ ਲੱਗਣਾ ਸੀਗਾ ਇਹ ਤਾਂ ਸਾਡੇ ਘਰਦਿਆਂ ਦਾ ਵੇਲਾ ਬੈਠ ਗਿਆ ਉੱਧਰ ਪਾਕਿਸਤਾਨ ਚੋਂ ਚੱਕ ਕੇ ਲਾਏ ਪਤਾ ਨਹੀਂ ਕੌਣ ਕੌਣ ਨਾ ਉਹ ਅਸੀਂ ਆਪਦੇ ਮਾਂ ਬਾਪ ਦੇ ਖਾਨਦਾਨੀ ਆ ਤੂੰ ਪਤਾ ਨਹੀਂ ਕੌਣ ਆ ਕੌਣ ਸਾਡੇ 'ਚ ਜਾ ਕੇ ਪਿੰਦੂ ਵਿੱਚ ਡਿੱਗਿਆ ਉੱਥੇ ਫਿਰ ਮੈਨੂੰ ਜਮਾਂ ਕਲੀਅਰ ਹੋ ਗਿਆ ਉੱਥੇ ਜਿਹੜੇ ਲੋਕ ਅਜੇ ਵੀ ਮੈਨੂੰ ਮਖੌਲਾਂ ਦੇ ਵਿੱਚ ਕਹਿੰਦੇ ਆ ਵੀ ਪਿੰਦੂ ਮੇਰਾ ਕੀ ਕਹਿੰਦੇ ਆ ਜੀ ਪਿੰਦੂ ਮੇਰਾ ਅੱਛਾ ਕਹਿੰਦੇ ਸਾਡੇ 'ਚ ਆ ਕੇ ਅਸੀਂ ਤਾਂ ਆਪਦੇ ਮਾਂ ਬਾਪ ਦੇ ਹਾਂ ਤੂੰ ਪਤਾ ਨਹੀਂ ਕੌਣ ਆ ਕੌਣ ਆ ਸਾਡੇ 'ਚ ਆ ਕੇ ਪਿੰਦੂ ਵਿੱਚ ਡਿੱਗਿਆ ਤੁਸੀਂ ਹੁਣ ਇਹ ਖੁਆਇਸ਼ ਰੱਖਦੇ ਹੋ ਕਿ ਤੁਹਾਡਾ ਪਾਕਿਸਤਾਨ 'ਚ ਲੱਭੇ ਤਾਂ ਤੁਸੀਂ ਵੀ ਉਹਨਾਂ ਨਾਲ ਮਿਲੋ ਪਾਕਿਸਤਾਨ 'ਚ ਲੱਭ ਜੇ ਇੰਡੀਆ 'ਚੋਂ ਲੱਭ ਜੇ ਮੈਨੂੰ ਐਂ ਦਾ ਪਤਾ ਲੱਗ ਜਾ ਮੇਰੀ ਖਾਨਦਾਨੀ ਮੈਨੂੰ ਆਪਦੀ ਯਾਦ ਕੋ ਉਹਦਾ ਤਾਂ ਪਤਾ ਲੱਗ ਜਾ ਤੁਸੀਂ ਤਾਂ ਵਧੀਆ ਸੋ ਗੁਰੂ ਦੇ ਸਿੱਖ ਬਣੇ ਬੈਠੇ ਹੋ ਹੋਰ ਤੁਹਾਨੂੰ ਯਾਦ ਲੱਭ ਕੇ ਕੀ ਲੈਣਾ ਤੁਸੀਂ ਇਹ ਜਿਹੜਾ ਸਿੱਖ ਆਪਦੇ ਮੈਂ ਧਰਮ ਦੇ ਵਿੱਚ ਹੈ ਇਹ ਤਾਂ ਕਿਸੇ ਨਾ ਕਿਸੇ ਧਰਮ 'ਚ ਹੋਣਾ ਚਾਹੀਦਾ ਗੁਰੂ ਦਾ ਹੋਣਾ ਚਾਹੀਦਾ ਪਰ ਇਹ ਵੀ ਤਾਂ ਪਤਾ ਹੋਣਾ ਚਾਹੀਦਾ ਵੀ ਇਹਦਾ ਮਾਂ ਬਾਪ ਕੌਣ ਹੈ ਇਹਦਾ ਪਿਛੋਕੜ ਕੀ ਸੋ ਇੱਕ ਵੱਖਰੇ ਤਰ੍ਹਾਂ ਦਾ ਵਿਸ਼ਾ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਤਾਂ ਜੇ ਕੋਈ ਸਟੋਰੀ ਕਹਾਣੀ ਤੁਹਾਡੇ ਬਜ਼ੁਰਗ ਕੋਈ ਇੰਝ ਸੁਣਾਉਂਦੇ ਹੋਣ ਕੋਈ ਭੂਆ ਜਾਂ ਦਾਦੇ ਚਾਚੇ ਬਾਬੇ ਵੱਡੇ ਕਿ ਕੋਈ ਇਹੋ ਜਿਹਾ ਸਾਡਾ ਭਰਾ ਸੀ ਜਿਹਨੂੰ ਅਸੀਂ ਫਲਾਣੇ ਏਰੀਆ ਜਿਵੇਂ ਇਹਨਾਂ ਨੇ ਦੱਸਿਆ ਕਿਹੜਾ ਏਰੀਆ ਦੱਸਿਆ ਤੁਸੀਂ ਡੂੰਘਾ ਬੂੰਘਾ ਲੈਰਪੁਰ ਜੀ ਨਹੀਂ ਜਿੱਥੋਂ ਚੱਕਿਆ ਸੀਗਾ ਸਾਧਕ ਨਦੀ ਦੇ ਪੁਰ ਤੋਂ ਸਾਧਕ ਨਦੀ ਹਾਂਜੀ ਇਹ ਕਿੱਥੇ ਆ ਉਹ ਤਾਂ ਡੂੰਘੇ ਬੂੰਘੇ ਦੇ ਨੇੜੇ ਪੈ ਜਾਂਦੀ ਉਹ ਨਦੀ ਜੀ ਹਾਂ ਪਾਕਿਸਤਾਨ ਦੇ ਵਿੱਚ ਜੇ ਕੋਈ ਇਹੋ ਜਿਹਾ ਏਰੀਆ ਹੈਗਾ ਅਤੇ ਜੇ ਕੋਈ ਤੁਹਾਡੇ ਘਰਾਂ 'ਚ ਐਸੀਆਂ ਕਹਾਣੀਆਂ ਸੁਣੀਆਂ ਹੋਣ ਤੁਸੀਂ ਤਾਂ ਇਸ ਬਜ਼ੁਰਗ ਨੂੰ ਜਿਹੜਾ ਹੈਗਾ ਜ਼ਰੂਰ ਰਾਬਤਾ ਕਰਿਓ ਤਾਂ ਕਿ ਜਿਵੇਂ ਸਿੱਕਾ ਖਾਨ ਅਤੇ ਮੁਹੰਮਦ ਸਦੀਕ ਉਹਨਾਂ ਨੂੰ ਆਪਾਂ ਮਿਲਾਇਆ ਇਹ ਵੀ ਜੇ ਆਪਦੇ ਪਰਿਵਾਰ ਨੂੰ ਮਿਲ ਜਾਣ ਕਿਉਂਕਿ ਜਿਵੇਂ ਇਹਨਾਂ ਦੀ ਸਟੋਰੀ ਹੈ ਉਲਝਣ ਭਰੀ ਸਟੋਰੀ ਹੈ ਪਰ ਜੇ ਇਹਨੂੰ ਕਿਤੇ ਬੂਰ ਪੈ ਜੇ ਤਾਂ ਇਹਨਾਂ ਨੂੰ ਆਪਦੇ ਮਿਲ ਜਾਣ ਆਸ ਹੈ ਕਿ ਜਿਵੇਂ ਸਿੱਕਾ ਖਾਨ ਮੁਹੰਮਦ ਸਦੀਕ ਜਾਂ ਹੋਰ ਭੈਣ ਭਰਾ ਬਜ਼ੁਰਗ ਜਿਹੜੇ ਆ ਉਹ 47 ਦੀ ਵੰਡ ਤੋਂ ਬਾਅਦ ਉਜੜੇ ਹੋਏ ਵਿਛੜੇ ਹੋਏ ਮਿਲੇ ਆ ਇਹਨਾਂ ਦਾ ਪਰਿਵਾਰ ਵੀ ਜਿਹੜਾ ਉਹ ਜ਼ਰੂਰ ਮਿਲੇ